ਸਭ ਤੋਂ ਪਹਿਲਾਂ ਤਾਂ ਕਰਜ਼ੇ ਦਾ ਸੰਕਟ ਆਪਾਂ ਕਹਿ ਰਹੇ ਹਾਂ ਤਾਂ ਇਹ ਨਹੀਂ ਕਿ ਕਰਜ਼ਾ ਅਮਰੀਕਾ ਤੇ ਨਹੀਂ ਆ ਜਾਂ ਕਰਜ਼ਾ ਵਿਕਸਤ ਮੁਲਕਾਂ ਦੇ ਉੱਤੇ ਨਹੀਂ ਆ ਸਾਡੇ ਸਾਰੇ ਖੇਤਰ ਤੁਸੀਂ ਦੇਖ ਲਓ ਤਬਾਹ ਹੋ ਚੁੱਕੇ ਨੇ ਲੋਕ ਖੁਦ ਵੀ ਸਿਆਣੇ ਹੋਣ ਕਿ ਇਹਨਾਂ ਪਾਰਟੀਆਂ ਦੇ ਝੰਝਟ ਨਹੀਂ ਫਸਣਾ ਸਿਰਫ ਮੁਫਤ ਚੀਜ਼ ਦੇ ਲਈ ਆਪਣੀਆਂ ਜਨਰੇਸ਼ਨਾਂ ਤਬਾਹ ਨਹੀਂ ਕਰਨੀਆਂ ਜੇ ਗੱਲ ਕਰੀ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਵੱਡੇ ਸੰਕਟ ਕਿਹੜੇ ਨੇ ਤੇ ਉਹਨਾਂ ਦਾ ਹੱਲ ਕਿਵੇਂ ਹੋ ਸਕਦਾ ਕਿਹੜੇ-ਕਿਹੜੇ ਉਪਰਾਲੇ ਹੋਣੇ ਚਾਹੀਦੇ ਨੇ ਦੇਖੋ ਪੰਜਾਬ ਦੇ ਅੰਦਰ ਜਿਹੜੇ ਮੇਜਰ ਸੰਕਟ ਸਭ ਤੋਂ ਪਹਿਲਾਂ ਤਾਂ ਕਰਜ਼ੇ ਦਾ ਸੰਕਟ ਆਪਾਂ ਕਹਿ ਰਹੇ ਹਾਂ ਇਹ ਨਹੀਂ ਕਿ ਕਰਜ਼ਾ ਹੋਰ ਮੁਲਕਾਂ ਤੇ ਨਹੀਂ ਹੁੰਦਾ ਇਹ ਨਹੀਂ ਕਿ ਕਰਜ਼ਾ ਅਮਰੀਕਾ ਤੇ ਨਹੀਂ ਆ ਜਾਂ ਕਰਜ਼ਾ ਵਿਕਸਤ ਮੁਲਕਾਂ ਦੇ ਉੱਤੇ ਨਹੀਂ ਆ ਪਰ ਕਰਜ਼ੇ ਦੇ ਪਿੱਛੇ ਇੱਕ ਪੂਰੇ ਦਾ ਪੂਰੀ ਇੱਕ ਇਕਨੋਮੀ ਹੁੰਦੀ ਹੈ ਸਾਡੀ ਇਕਨੋਮੀ ਬਰਬਾਦ ਹੋ ਚੁੱਕੀ ਹੈ ਸਾਡੇ ਸਾਰੇ ਖੇਤਰ ਤੁਸੀਂ ਦੇਖ ਲਓ ਤਬਾਹ ਹੋ ਚੁੱਕੇ ਨੇ ਸਾਡੇ ਜਨਤਕ ਖੇਤਰ ਦੇ ਅੰਦਰ ਚਾਹੇ ਉਹ ਸਾਡੀ ਅੱਜ ਤੁਸੀਂ ਦੇਖ ਲਓ ਪਟਿਆਲੇ ਦੇ ਅੰਦਰ ਡਰਾਈਵਰ ਧਰਨਾ ਲਾ ਰਹੇ ਸੀ ਵਿਚਾਰੇ ਕੰਡਕਟਰ ਲਾ ਰਹੇ ਸੀ ਜਾਨੀ ਤੁਸੀਂ ਜਨਤਕ ਸਵਾਵਾ ਖਤਮ ਕਰਤੀਆਂ ਸਰਕਾਰੀ ਨੌਕਰੀਆਂ ਖਤਮ ਕਰਤੀਆਂ ਤੁਸੀਂ ਸਾਡੇ ਟੀਚਰ ਵਿਚਾਰੇ ਡਾਂਗਾ ਖਾ ਰਹੇ ਨੇ ਸਾਡੇ ਹੋਰ ਜਿਹੜੇ ਬੇਰੁਜ਼ਗਾਰ ਨੇ ਉਹ ਵੱਡੇ ਪੱਦਰ ਤੇ ਸੜਕਾਂ ਤੇ ਨੇ ਹਰ ਪੰਜਾਬੀ ਨੂੰ ਐ ਲੱਗਦਾ ਮੈਂ ਇੱਥੋਂ ਭੱਜਾਂ ਹਰ ਪੰਜਾਬੀ ਇੱਥੋਂ ਭੱਜ ਕੇ ਬਾਹਰ ਜਾਣਾ ਚਾਹੁੰਦਾ ਇੱਕ ਐਗਜ਼ਿਟ ਲੈਣਾ ਚਾਹੁੰਦਾ ਉਹ ਕੋਈ ਹੱਲ ਆ ਹੱਲ ਤਾਂ ਨਹੀਂ ਆ ਉਹ ਆਪਣੀ ਹੀ ਧਰਤੀ ਨੂੰ ਛੱਡ ਕੇ ਜਾਣਾ ਕਿੰਨਾ ਇੱਕ ਵੱਡੀ ਉਹ ਤਾਂ ਕੋਈ ਬਹੁਤ ਚੁਆਇਸ ਤੋਂ ਸਾਰੇ ਨਹੀਂ ਜਾ ਰਹੇ ਮਜਬੂਰੀ 'ਚ ਜਾ ਰਹੇ ਨੇ ਸਾਰੇ ਲੋਕ ਇਸ ਕਰਕੇ ਉਹ ਇੱਕ ਵੱਡੇ ਸੰਕਟ ਜਦੋਂ ਤੱਕ ਕੋਈ ਆਸ ਨਹੀਂ ਦਿਖੇਗੀ ਖੋਪ ਨਹੀਂ ਦਿਖੇਗੀ ਫਿਰ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਓ ਪੰਜਾਬ ਦੇ ਪਾਣੀ ਲਗਾਤਾਰ ਗੰਦਲੇ ਹੋ ਰਹੇ ਨੇ ਪੰਜਾਬ ਦੀ ਜ਼ਮੀਨ ਦਾ ਜਿਹੜਾ ਜਰਖੇਸ ਸੀ ਜਿਹੜੀ ਬਹੁਤ ਉਹ ਲਗਾਤਾਰ ਖਰਾਬ ਹੋ ਰਹੀ ਹੈ ਰਿਹਾਂ ਸਪਰੇਹਾਂ ਨੇ ਸਾਡੀ ਜ਼ਮੀਨ ਨੂੰ ਕਿਸ ਲੈਵਲ ਤੇ ਖਰਾਬ ਕੀਤਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਤਬਾਹ ਕਰਤੀ ਜਿੰਨੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹ ਕਿਉਂ ਪੈਦਾ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਕੀਟਨਾਸ਼ਕ ਆ ਗਏ ਬਹੁਤ ਵੱਡੇ ਪੱਧਰ ਤੇ ਰਿਹਾਂ ਸਪਰੇਹਾਂ ਆ ਗਈਆਂ ਉਹਨਾਂ ਨੇ ਪੰਜਾਬ ਦੀ ਤਬਾਹੀ ਮਚਾਈ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਬਾਕੀ ਖੇਤਰਾਂ ਚਲੇ ਜਾਓ ਇੰਡਸਟਰੀ ਪੰਜਾਬ ਦੀ ਕਿੱਥੇ ਖੜੀ ਹੈਗੀ ਕੋਈ ਇੰਡਸਟਰੀਅਲ ਗਰੋਥ ਨਹੀਂ ਹੈਗੀ ਪੰਜਾਬ ਦੀ ਗਰੋਥ ਹੀ ਨਹੀਂ ਹੋ ਰਹੀ ਪੰਜਾਬ ਦੀ ਬਾਕੀ ਸੂਬਿਆਂ ਦੇ ਨਾਲ ਜਦੋਂ ਪੰਜਾਬ ਦੀ ਤੁਸੀਂ ਗਰੋਥ ਦੇਖਦੇ ਹੋ ਹੋ ਰਹੀ ਹੈ ਸਾਡੇ ਕੋਲ ਕੋਈ ਗਰੋਥ ਦਾ ਪਲਾਨ ਹੀ ਨਹੀਂ ਸੀ ਸਾਡੀ ਇਨਕਮ ਦਾ ਵੱਡਾ ਹਿੱਸਾ ਤਨਖਾਹਾਂ ਤੇ ਚਲਾ ਜਾਂਦਾ ਉਸ ਤੋਂ ਬਾਅਦ ਸਬਸਿਡੀਆਂ ਤੇ ਬਲਾਇੰਦ ਦਾ 10000 ਕਰੋੜ ਦੀ ਸਬਸਿਡੀ ਬਿਜਲੀ ਦੀ ਸਬਸਿਡੀ ਕਿਸਾਨਾਂ ਨੂੰ ਦਿੰਨੇ ਆ ਬਾਕੀ ਹੋਰ ਸਬਸਿਡੀਆਂ ਨੇ ਇਹ ਨਹੀਂ ਕਿ ਸਬਸਿਡੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਕੱਲੇ ਜਿਹੜੇ ਮੁਫਤ ਦੀਆਂ ਆਟਾਂ ਪਾ ਕੇ ਤੁਸੀਂ ਲੋਕਾਂ ਨੂੰ ਉੱਥੇ ਤੱਕ ਸੀਮਤ ਰੱਖਣਾ ਚਾਹੁੰਦੇ ਹੋ ਪੋਲਿਟਿਕਲ ਪਾਰਟੀਆਂ ਦਾ ਪਹਿਲਾ ਮਾਡਲ ਹੁੰਦਾ ਸੀ ਕਿ ਚੋਣਾਂ ਵੇਲੇ ਆ ਕੇ ਪੈਸੇ ਵੰਡ ਦੋ ਹੁਣ ਇਹਨਾਂ ਨੇ ਹੋਰ ਸਿਆਣਾ ਮਾਡਲ ਸਿੱਖ ਲਿਆ ਜਿਹੜੀ ਪਾਰਟੀ ਸੱਤਾ 'ਚ ਆ ਜਾਂਦੀ ਹੈ ਉਹ ਕਹਿੰਦੇ ਉਦੋਂ ਕਦੋਂ ਸਾਈਕਲ ਦੇਣਾ ਚੋਰੀਓ ਪਹਿਲੀ ਹੀ ਦੇ ਦੋ ਆ ਜਿਹੜਾ ਸਾਈਕਲ ਦੇਤਾ ਜੀ ਸਾਨੂੰ ਮੁਫਤ ਆਟਾ ਦੇਤਾ ਜੀ ਦਾਲ ਦੇਤੀ ਜੀ ਮੁਫਤ ਤੁਹਾਨੂੰ ਚਾਹ ਪੱਤੀ ਦੇ ਦਾਂਗੇ ਖੰਡ ਦੇ ਦਾਂਗੇ ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਤੁਸੀਂ ਵਿਚਾਰਿਆਂ ਨੂੰ ਮਤਲਬ ਕੀ ਬਣਾ ਰਹੇ ਹੋ ਲੋਕਾਂ ਨੂੰ ਕਿ ਲੋਕ ਤੁਹਾਡੇ ਤੇ ਨੇ ਡਿਪੈਂਡੈਂਟ ਹੋ ਜਾਣ ਔਰ ਲੋਕਾਂ ਨੂੰ ਵੀ ਸੋਚਣ ਦੀ ਲੋੜ ਆ ਇਹ ਮੈਂ ਦੇਖਦਾ ਚੰਗੇ ਚੰਗੇ ਇੱਕ ਤਾਂ ਚਲੋ ਗਰੀਬ ਦਲਤ ਪਰਿਵਾਰਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਟਾ ਦਾਲ ਮਿਲਦੀ ਸੀ ਚੰਗੇ ਚੰਗੇ ਜ਼ਿਮੀਂਦਾਰ ਲੈ ਕੇ ਉਹ ਆਪਣੀ ਅੱਜਾਂ ਨੂੰ ਪਾਈ ਜਾਂਦੇ ਨੇ ਕਣਕ ਇਹ ਸ਼ਰਮਨਾਕ ਗੱਲ ਹੈ ਵੀ ਸ਼ਰਮ ਦੀ ਗੱਲ ਹੈ ਕਿ ਕਿੱਧਰ ਨੂੰ ਜਾ ਰਹੇ ਆ ਅਸੀਂ ਥੋੜਾ ਬਹੁਤਾ ਸਟੈਂਡਰਡ ਤਾਂ ਰੱਖੋ ਨਾ ਚੀਜ਼ਾਂ ਦਾ ਇਸ ਕਰਕੇ ਜਿਹੜੀ ਮੁਫਤ ਖੋਰੀ ਵੀ ਪੈਦਾ ਹੋਈ ਹੈ ਮੁਫਤ ਖੋਰੀ ਦਾ ਮਤਲਬ ਇਹ ਨਹੀਂਗਾ ਕਿ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਲੋੜ ਆ ਵਿਚਾਰਿਆਂ ਨੂੰ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਸੱਚੀਓ ਗਰੀਬ ਨੇ ਉਹਨਾਂ ਨੂੰ ਮਿਲੇ ਪਰ ਇਹ ਨਹੀਂਗਾ ਕਿ ਤੁਸੀਂ ਲੋਕਾਂ ਨੂੰ ਲਾਲਚ ਚਲਾ ਰਹੇ ਹੋ ਸਰਕਾਰ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਦੇ ਜਾਣੇ ਹੋਗੇ ਹਲਕਾਂ ਚਾਰਜ ਜਾਂ ਪਾਰਟੀ ਵਾਲਾ ਤਾਂ ਕਿ ਲੋਕ ਵਿਚਾਰੇ ਲੱਗੇ ਰਹੇ ਨੇ ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਵੀ ਸੋਚਣ ਦੀ ਲੋੜ ਆ ਜਦੋਂ ਤੱਕ ਸਾਰੇ ਲੋਕ ਰਲ ਮਿਲ ਕੇ ਨਹੀਂ ਸੋਚਣਗੇ ਕਿ ਅਸੀਂ ਪੰਜਾਬ ਨੂੰ ਸੰਕਟ ਚੋਂ ਕਿਵੇਂ ਕੱਢਣਾ ਫਿਰ ਸਾਨੂੰ ਵੀ ਕੁਝ ਛੱਡਣਾ ਪਏਗਾ ਸਾਨੂੰ ਨਿੱਜੀ ਮਫਾਦ ਵੀ ਛੱਡਨੇ ਪੈਣਗੇ ਸਾਨੂੰ ਇਹ ਵੀ ਸੋਚਣਾ ਪਏਗਾ ਜਿਹੜੇ ਅਸੀਂ ਨਿੱਜੀ ਮਫਾਦ ਲਈ ਵੋਟ ਫਲਾਨਾ ਸਿੰਘ ਨੂੰ ਪਾ ਦੋ ਧੌਂਕਾ ਸਿੰਘ ਨੂੰ ਪਾ ਦੋ ਸਿਰਫ ਇਸ ਕਰਕੇ ਕਿਉਂਕਿ ਸਾਡੀ ਇੱਕ ਨਿੱਜੀ ਗੱਲ ਜੁੜੀ ਹੋਇਆ ਥਾਣੇ ਤੱਕ ਜਾਣ ਲਈ ਸਾਡਾ ਇੱਕ ਨਿੱਜੀ ਕੰਮ ਜੁੜਿਆ ਹੋਇਆ ਹੈ ਛੋਟਾ ਜਿਹਾ ਨਿੱਜੀ ਮਫਾਦ ਛੋਟੇ ਛੋਟੇ ਉਹਨਾਂ ਕਰਕੇ ਧੜਿਆਂ ਦੀ ਰਾਜਨੀਤੀ ਅਸੀਂ ਪਿੰਡਾਂ 'ਚ ਕਰਦੇ ਆ ਜੇ ਅਸੀਂ ਇਹਨਾਂ ਜੇ ਤੁਸੀਂ ਕਹੋ ਤੁਹਾਡੀਆਂ ਜਨਰੇਸ਼ਨਾਂ ਨੂੰ ਤੁਸੀਂ ਅਮੀਰ ਕਰਨਾ ਤੁਹਾਡਾ ਭਵਿੱਖ ਵਧੀਆ ਹੋਵੇ ਪੰਜਾਬ ਬੱਚੇ ਤੁਹਾਡੇ ਬੱਚੇ ਚਾਹੇ ਬਾਹਰ ਚਲੇ ਗਏ ਬਹੁਤ ਸਾਰੇ ਲੋਕਾਂ ਦੇ ਜੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਬੱਚੇ ਸੁੱਖ ਸ਼ਾਂਤੀ ਨਾਲ ਰਹਿਣ ਤਾਂ ਉੱਥੇ ਵੀ ਕੋਈ ਮੈਂ ਕਹਿੰਨਾ ਉਹਨਾਂ ਅਕਸਰ ਜਿਹੜੇ ਉੱਥੇ ਗਏ ਨੇ ਪਹਿਲੀ ਜਨਰੇਸ਼ਨ ਦੀ ਰੂਹ ਇੱਥੇ ਰਹਿੰਦੀ ਹੈਗੀ ਜਿਹੜਾ ਬਾਹਰ ਚਲਾ ਜਾਂਦਾ ਨਾ ਪਹਿਲੀ ਜਨਰੇਸ਼ਨ ਜਿਹੜੀ ਵੀ ਜਾਂਦੀ ਹੈ ਉਹਦਾ ਦਿਮਾਗ ਇੱਥੇ ਰਹਿੰਦਾ ਤੇ ਉੱਥੇ ਤਾਂ ਸਿਰਫ ਸਰੀਰ ਹੁੰਦਾ ਉਹਦਾ ਉਹਦੀ ਰੂਹ ਇੱਥੇ ਹੁੰਦੀ ਹੈ ਸਰੀਰ ਉੱਥੇ ਹੁੰਦਾ ਜਿਹੜਾ ਵੀ ਥੋੜਾ ਬਹੁਤਾ ਸੈਂਸਿਟਿਵ ਬੰਦਾ ਬਾਹਰ ਬੈਠਾ ਉਹਦਾ ਦਿਲ ਇੱਥੇ ਧੜਕਦਾਗਾ ਦਿਲ ਦਿਮਾਗ ਇੱਥੇ ਹੁੰਦਾ ਪਹਿਲੀ ਜਨਰੇਸ਼ਨ ਦਾ ਦੂਜੀ ਜਨਰੇਸ਼ਨ ਤਾਂ ਆ ਕੇ ਚਲੋ ਕਿਤੇ ਵੀ ਉਸ ਤਰ੍ਹਾਂ ਦੀ ਇਸ ਕਰਕੇ ਉਹ ਵੀ ਨਹੀਂ ਕਦੇ ਆਏ ਆ ਉਹਨਾਂ ਚ ਬਹੁਤ ਸਾਰੇ ਲੋਕ ਨੇੜੇ ਮੁਰਦੇ ਨੇ ਅਸੀਂ ਪਿਛਲੇ ਦਿਨੇ ਸਟੋਰੀ ਕੀਤੀ ਇੱਕ ਬੰਦਾ ਮੁੜ ਕੇ ਆਇਆ ਪਾਇਲਟ ਸੀ ਉੱਥੇ ਆ ਕੇ ਇੱਥੇ ਉਹਨੇ ਕੰਮ ਕੀਤਾ ਜਿਹਦਾ ਵੀ ਮੌਕਾ ਆਰਥਿਕ ਤੌਰ ਤੇ ਲੱਗਦਾ ਉਹ ਤਾਂ ਇੱਥੇ ਆਉਂਦਾਗਾ ਕਿਉਂਕਿ ਇੱਥੇ ਉਹਨੂੰ ਲੱਗਦਾ ਮੇਰਾ ਪੰਜਾਬ ਹੈ ਇੱਥੇ ਉਹ ਧਰਤੀ ਦੇ ਉੱਤੇ ਜਿਹੜੀ ਉਹਦੀ ਉਹ ਆਨੰਦ ਆ ਉਹਨੂੰ ਜਿਹੜੀ ਉਹਨੂੰ ਖੁਸ਼ੀ ਮਿਲਦੀ ਹੈਗੀ ਜਿਹੜਾ ਉਹਦਾ ਇੱਕ ਆਰਗੇਨਿਕ ਕਨੈਕਸ਼ਨ ਹੈ ਇਸ ਧਰਤੀ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੇ ਇਸ ਕਰਕੇ ਚੀਜ਼ਾਂ ਦੇ ਬਾਰੇ ਵੀ ਸੋਚਣ ਦੀ ਲੋੜ ਹੈ ਕਿਸ ਤਰੀਕੇ ਦੇ ਨਾਲ ਸਾਰਾ ਪੰਜਾਬ ਸਾਰੇ ਪ੍ਰਵਾਸੀ ਭਾਈਚਾਰਾ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਇਹ ਸੋਚਣ ਕਿ ਸਾਡਾ ਪੰਜਾਬ ਬਿਹਤਰ ਕਿਵੇਂ ਹੋਵੇ ਸਭ ਤੋਂ ਵੱਡਾ ਲੋਕਾਂ ਤੇ ਵੀ ਆਂਦਾ ਲੋਕ ਇੱਕ ਅਕੇ ਖੜਾ ਨਹੀਂ ਛੜਾ ਸਕਦੇ ਨਹੀਂ ਜੀ ਲੋਕਾਂ ਨੂੰ ਤਾਂ ਜੀ ਬੇਵਕੂ ਬਣਾ ਦਿੰਦੇ ਨੇ ਕਿਵੇਂ ਬਣਾ ਦੇਣਗੇ ਚਲੋ ਠੀਕ ਆ ਕੋਈ ਬਹੁਤ ਵਿਚਾਰਾ ਕੋਈ ਨਹੀਂ ਸਮਝਦਾਰ ਹੋਣਾ ਕਿਸੇ ਨਹੀਂ ਉਹਨੂੰ ਤੁਸੀਂ ਕਰੋ ਪਰ ਲੋਕਾਂ ਨੂੰ ਵੀ ਸਿਆਣੇ ਤੁਹਾਨੂੰ ਕਰਨਾ ਪਏਗਾ ਲੋਕ ਖੁਦ ਵੀ ਸਿਆਣੇ ਹੋਣ ਕਿ ਇਹਨਾਂ ਪਾਰਟੀਆਂ ਦੇ ਝੰਜਟ ਨਹੀਂ ਫਸਣਾ ਸਿਰਫ ਮੁਫਤ ਚੀਜ਼ ਦੇ ਲਈ ਆਪਣੀਆਂ ਜਨਰੇਸ਼ਨਾਂ ਤਬਾਹ ਨਹੀਂ ਕਰਨੀਆਂ ਇਹ ਸਿਰਫ ਮੁਫਤ ਚੀਜ਼ਾਂ ਲਈ ਆਪਣੇ ਭਵਿੱਖ ਨੂੰ ਤਬਾਹ ਨਹੀਂ ਕਰਨਾ ਇਹ ਚੀਜ਼ਾਂ ਦੇ ਬਾਰੇ ਵੀ ਸਭ ਨੂੰ ਸੋਚਣਾ ਪਊਗਾ ਤਾਂ ਹੀ ਅਸੀਂ ਇੱਕ ਬਿਹਤਰ ਪੰਜਾਬ ਬਣਾ ਸਕਦੇ ਹਾਂ